ਇਸ ਟਾਈਮ ਘੱਟ ਤੋਂ ਘੱਟ ਲੱਗੇ ਹੋਏ ਆ 70 ਟਰੈਕਟਰ। ਅਜਮੇਰ ਭਾਈ ਕਿੰਨੇ ਟਰੈਕਟਰ ਲੱਗੇ ਆਪਣੇ ਘਰ? ਆਪਾਂ ਇਕੱਲੇ ਜੱਗਾ ਹੀ, ਜਿਹੜਾ ਜੱਗਾ ਬੌਸ ਪਿੱਛੇ ਆ ਰਿਹਾ ਨਾ, ਉਹ ਸਿਰਫ ਤੁਸੀਂ ਬਣਾਇਆ। ਬਾਰਾਂ ਤੋਂ 14 ਲੱਖ ਤੋਂ 16 ਲੱਖ ਦੇ ਮਾਡਲ ਵੀ ਸਾਡੇ ਕੋਲ ਖੜੇ ਆ ਟਰੈਕਟਰਾਂ। ਕਿ ਮੈਨੂੰ 2 ਕੁ ਮਹੀਨੇ ਦਾ ਮੌਕਾ ਦਿਓ, ਇਸ ਕਰਕੇ ਫਿਲਹਾਲ ਬੁਕਿੰਗ ਹਜੇ ਬੰਦ ਵਾ। ਸਤਿ ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ, ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀ ਵੀਡੀਓ 'ਚ ਫਿਰ ਆਪਾਂ ਤੁਹਾਡੇ ਨਾਲ ਗੱਲ ਕਰਨ ਲੱਗੇ ਹਾਂ, ਮੋਡੀਫਿਕੇਸ਼ਨ 'ਤੇ ਵੀ ਕਰਨ ਲੱਗੇ ਹਾਂ, ਕੋਈ ਹੱਥ ਜੋੜ ਕੇ ਬੇਨਤੀ ਵੀ ਕਰਾਂਗੇ, ਕੋਈ ਤੁਹਾਡੇ ਕੋਲ ਸੌਰੀ ਵੀ ਫੀਲ ਕਰਾਂਗੇ ਇਹ ਵੀਡੀਓ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਆਪਾਂ ਇਸ ਚੀਜ਼ ਦੀ ਸੌਰੀ ਫੀਲ ਕਰਦੇ ਹਾਂ ਵੀ ਜਿਹੜੇ ਜਿਹੜੇ ਭਰਾਵਾਂ ਨੇ ਸਾਡੇ ਕੋਲ ਟਰੈਕਟਰ ਬੁੱਕ ਕਰਾਏ ਆ, ਕਰਾ ਕੇ ਗਏ ਆ, ਉਹਨਾਂ ਦੇ ਟਰੈਕਟਰ ਕਾਫੀ ਲੇਟ ਜਿਹੜੇ ਆ ਉਹ ਮੋਡੀਫਿਕੇਸ਼ਨ ਹੋ ਰਹੇ ਆ, ਵਾਰੀ ਲੇਟ ਆ ਰਹੀ ਆ। ਉਹਦਾ ਕਾਰਨ ਇਹ ਵੀ ਆ, ਉਹਦਾ ਕਾਰਨ ਵੀ ਦੱਸ ਦਿਆਂ ਤੁਹਾਨੂੰ ਵੀ ਆਪਾਂ ਇੱਕ ਰੋਜ਼ ਵੀਡੀਓ ਪਾਉਣ ਡਏ ਹਾਂ ਕਿ ਕੋਈ ਵੀ ਕਿਸਾਨ ਭਰਾ ਹਜੇ ਟਰੈਕਟਰ ਬੁੱਕ ਕਰਾਉਣ ਨਾ ਆਓ, ਕਿਉਂ ਤੁਸੀਂ ਪਰੇਸ਼ਾਨ ਹੋ ਗਏ ਆਉਂਦੇ ਜੇ ਐਡੀ ਦੂਰ ਤੋਂ ਟਰੈਕਟਰ ਬੁੱਕ ਕਰਾਉਣ ਵਾਸਤੇ, ਅਤੇ ਜਦੋਂ ਆਪਾਂ ਟਾਈਮ ਪੀਰੀਅਡ ਲੰਮਾ ਲਾਉਂਦੇ ਹਾਂ ਫਿਰ ਤੁਹਾਨੂੰ ਦੁੱਖ ਹੁੰਦਾ ਇਸ ਚੀਜ਼ ਦਾ, ਅਤੇ ਸਾਨੂੰ ਵੀ ਦੁੱਖ ਹੁੰਦਾ ਵਾ, ਠੀਕ ਆ। ਇਸ ਕਰਕੇ ਫਿਲਹਾਲ ਬੁਕਿੰਗ ਹਜੇ ਬੰਦ ਵਾ, ਕਿਉਂਕਿ ਅਗਰ ਆਪਾਂ ਰੋਜ਼ ਹੀ ਵਰਕਸ਼ਾਪ 'ਤੇ ਮਿਲਣ ਆਵਾਂਗੇ, ਮਤਲਬ ਸਾਨੂੰ ਆਓਗੇ ਤੁਸੀਂ, ਕੰਮ ਦੇ ਵਿੱਚ ਦਿੱਕਤ ਬਹੁਤ ਜ਼ਿਆਦਾ ਆਉਂਦੀ ਇਸ ਚੀਜ਼ ਦੇ ਨਾਲ, ਕਿਉਂਕਿ ਆਪਣੇ ਕੋਲ ਜਿਹੜੇ ਟਰੈਕਟਰ ਲੱਗੇ ਆ ਇਸ ਟਾਈਮ ਅੱਜ ਵੀਡੀਓ 'ਚ ਵਿਖਾ ਲੈਣੇ ਆਪਾਂ ਤੁਹਾਨੂੰ ਵੀ ਕਿੰਨੇ ਟਰੈਕਟਰ ਲੱਗੇ ਹੋਏ ਆ। ਇਸ ਕਰਕੇ ਉਹਨਾਂ ਟਰੈਕਟਰਾਂ ਦਾ ਵਰਕ ਦੀ ਸਪੀਡ ਘੱਟ ਰਹੀ, ਕਾਫੀ ਘੱਟ ਰਹੀ, ਘੱਟ ਕਾਹਦੀ ਰਹੀ ਵੀ ਘੱਟ ਗਈ ਆ, ਸੀਜ਼ਨ ਵੀ ਪੂਰਾ ਸਿਰ 'ਤੇ ਆ, ਤੁਹਾਨੂੰ ਪਤਾ ਹੀ ਆ ਕਿ ਦੂਸਰਾ ਮਹੀਨਾ ਸਟਾਰਟ ਹੋਣ ਵਾਲਾ ਕੱਲ੍ਹ ਪਰਸੋਂ ਨੂੰ। ਅੱਜ 28 ਤਰੀਕ ਆ, 28 ਜਾਣੀ ਜਨਵਰੀ 2024 ਦੀ ਗੱਲ ਕਰ ਰਹੇ ਆਪਾਂ, ਅਤੇ ਕਈ ਕਿਸਾਨ ਭਰਾਵਾਂ ਨੇ ਟਰੈਕਟਰ ਬਾਹਰ ਅੰਦਰ ਵੀ ਲੈ ਕੇ ਜਾਣੇ, ਰੀਪਰ 'ਤੇ ਵੀ ਲੈ ਕੇ ਜਾਣੇ, ਤੁਹਾਨੂੰ ਪਤਾ ਪੰਜਾਬ ਤੋਂ ਬਾਹਰਲੀਆਂ ਸਟੇਟਾਂ 'ਚ ਵੀ ਟਰੈਕਟਰ ਚੱਲਣੇ ਆ। ਇਸ ਕਰਕੇ ਟਰੈਕਟਰ ਸਾਡੇ ਕੋਲ ਲੱਗੇ ਇਸ ਟਾਈਮ ਘੱਟ ਤੋਂ ਘੱਟ ਲੱਗੇ ਹੋਏ ਆ 65 ਟਰੈਕਟਰ, ਜਿਹੜੇ ਇਸ ਟਾਈਮ ਮੌਕੇ 'ਤੇ ਤੁਹਾਨੂੰ ਵਿਖਾ ਸਕਦੇ ਹਾਂ। ਕੋਈ 40-45 ਟਰੈਕਟਰ ਇੱਥੇ ਵਰਕਸ਼ਾਪ 'ਤੇ ਲੱਗੇ, ਇਕੱਠੇ ਕੀਤੇ ਹੋਏ ਆ। ਅਜਮੇਰ ਭਾਈ ਦੇ ਘਰ ਲੱਗੇ ਵੇਂਦੇ ਜਿੱਦਾਂ ਤੁਸੀਂ, ਠੀਕ ਆ, ਮੰਨੇ ਢਿੱਲੋਂ ਦੇ ਘਰ ਲੱਗੇ ਆ, ਹਰਮੀਤ ਭਾਈ ਦੇ ਘਰ ਲੱਗੇ ਆ, ਸਾਡੇ ਮੇਜਰ ਚਾਚੇ ਜੀ ਦੇ ਘਰ ਲੱਗੇ ਆ, ਕੁਝ ਆਪਣੇ ਘਰ ਲੱਗੇ ਹੋਏ ਆ, ਪਰ ਇੱਥੇ ਵੀ 40-45 ਟਰੈਕਟਰ ਇਸ ਟਾਈਮ ਲੱਗੇ ਹੋਏ। ਤੁਹਾਨੂੰ ਵੀਡੀਓ 'ਚ ਵਿਖਾਉਂਦੇ ਹਾਂ ਕਿਹੜੇ ਕਿਹੜੇ ਪਿੰਡ ਦੇ ਆ, ਕਿਹੜੇ ਕਿਹੜੇ ਜ਼ਿਲ੍ਹੇ ਦੇ ਆ, ਔਰ ਇੰਨੇ ਟਰੈਕਟਰਾਂ ਦਾ ਵਰਕ ਕਰਨਾ, ਮੋਡੀਫਿਕੇਸ਼ਨ ਕਰਨਾ ਬਹੁਤ ਔਖਾ ਸਾਡੇ ਵਾਸਤੇ, ਕਿਉਂਕਿ ਸਾਡੀ ਜਿਹੜੀ ਟੀਮ ਸਿਰਫ 7 ਬੰਦਿਆਂ ਦੀ ਟੀਮ ਆ ਸਾਰੀ, ਅਤੇ ਜ਼ਿਆਦਾ ਟੀਮ ਦਾ ਵਰਕ ਵੀ ਹੈ ਨਹੀਂ ਆ, ਕਿਉਂਕਿ ਤੁਹਾਡੇ 12 ਤੋਂ 14 ਲੱਖ ਤੋਂ 16 ਲੱਖ ਦੇ ਮਾਡਲ ਵੀ ਸਾਡੇ ਕੋਲ ਖੜ੍ਹੇ ਆ ਟਰੈਕਟਰਾਂ ਦੇ, ਸਟਾਰਟਿੰਗ ਪੁਆਇੰਟ 8 ਤੋਂ 10 ਲੱਖ ਦਾ, ਅਤੇ ਸਟਾਰਟਿੰਗ ਪੁਆਇੰਟ ਤੋਂ ਹਰ ਟਰੈਕਟਰ ਹੈ ਹੀ ਆ ਨਾ, ਔਰ 4x4 ਕੋਈ 12 ਲੱਖ, ਕੋਈ 14 ਲੱਖ, ਕੋਈ 16 ਲੱਖ, ਕੋਈ 18 ਲੱਖ ਦਾ ਮਾਡਲ ਵੀ ਖੜ੍ਹੇ ਆ।
ਇਸ ਕਰਕੇ ਕੰਮ ਨੂੰ ਥੋੜ੍ਹਾ ਜਿਹਾ ਬੜੀ ਬਰੀਕੀ ਨਾਲ ਕਰਨਾ ਪੈਂਦਾ ਵਾ, ਅਤੇ ਪੂਰੀ ਜਾਣਕਾਰੀ ਟੀਮ ਦਾ ਹੀ ਕੰਮ ਹੈ। ਠੀਕ ਆ ਜੀ, ਅਤੇ ਆਪਾਂ ਸਾਰੇ ਕਿਸਾਨ ਭਰਾਵਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਨੀ ਆ ਵੀ ਹਜੇ ਕੋਈ ਵੀ ਕਿਸਾਨ ਭਰਾ ਨਾਂ 'ਤੇ ਟਰੈਕਟਰ ਬੁੱਕ ਕਰਾਉਣਾ ਉਹ ਨਾਂ ਮਿਲਣੀ ਆਓ। ਅਜੇ ਆਹ ਜਿਹੜਾ ਟਰੈਕਟਰ ਆਪਾਂ ਕੱਢਾਂਗੇ ਜਦੋਂ ਆਪਾਂ ਵਰਕ ਹੋ ਜਾਏਗਾ, ਫਿਰ ਆਪਾਂ ਖੁਦ ਵੀਡੀਓ ਪਾ ਦੇਣੀ ਵੀ ਭਾਅ ਜੀ ਵੈਲਕਮ ਜੀ ਆਇਆਂ ਨੂੰ, ਆਓ ਟਰੈਕਟਰ ਬੁੱਕ ਕਰਾਓ, ਆਪਾਂ ਤੁਹਾਡੇ ਟਰੈਕਟਰਾਂ ਦੀ ਮੋਡੀਫਿਕੇਸ਼ਨ ਕਰੀਏ। ਇਹ ਵਰਕਸ਼ਾਪ ਵੀ ਤੁਹਾਡੀ ਆ ਅਤੇ ਤੁਹਾਡੇ ਟਰੈਕਟਰਾਂ ਦਾ ਆਪਾਂ ਵਰਕ ਕਰਨਾ। ਪਰ ਹੁਣ ਕੀ ਆ ਵੀ ਇਸ ਟਾਈਮ ਜਿੰਨੇ ਵੀ ਟਰੈਕਟਰ ਆਪਾਂ ਬੁੱਕ ਕੀਤੇ ਆ ਉਹ ਘੱਟ ਤੋਂ ਘੱਟ ਇੱਕ ਇੱਕ ਸਾਲ ਲੇਟ ਮੋਡੀਫਿਕੇਸ਼ਨ ਦੀ ਵਾਰੀ ਆ ਰਹੀ ਉਹਨਾਂ ਦੀ। ਹਜੇ 2023 'ਚ ਜਿੰਨੇ ਟਰੈਕਟਰ ਬੁੱਕ ਕੀਤੇ ਆਪਾਂ ਸਿਰਫ 6ਵਾਂ ਟਰੈਕਟਰ ਮੋਡੀਫਾਈ ਕੀਤਾ। ਹਜੇ 2023 'ਚ ਜਿੰਨੇ ਵੀ ਟਰੈਕਟਰ ਬੁੱਕ ਕੀਤੇ ਕਾਪੀ ਦੇ ਉੱਤੇ 6 ਟਰੈਕਟਰ ਬੁੱਕ ਅਜੇ ਮੋਡੀਫਾਈ ਕੀਤੇ ਆ, ਇੰਨਾ ਟਰੈਕਟਰ ਮੋਡੀਫਿਕੇਸ਼ਨ ਕਰਨ ਵਾਲਾ 2023 ਦਾ ਹੀ ਪਿਆ ਵਾ। ਔਰ 22 ਦੇ ਟਰੈਕਟਰ ਵੀ ਰਹਿੰਦੇ ਆ ਜਿਹੜੇ 2022 ਸਨ ਦੇ ਟਰੈਕਟਰ ਆਪਾਂ ਬੁੱਕ ਕੀਤੇ ਉਹ ਵੀ ਅਜੇ ਰਹਿੰਦੇ ਆ। ਇਸ ਕਰਕੇ ਉਹਨਾਂ ਕਿਸਾਨ ਭਰਾਵਾਂ ਨੂੰ ਆਪਾਂ ਦੁਖੀ ਨਹੀਂ ਕਰਨਾ ਚਾਹੁੰਦੇ ਜਿਨ੍ਹਾਂ ਨੇ ਇੱਥੇ ਬੁੱਕ ਕਰਾਏ ਆ, ਨਵੇਂ ਕਿਸਾਨ ਭਰਾਵਾਂ ਨੂੰ ਨਹੀਂ ਕਰਨੇ ਚਾਹੁੰਦੇ ਜਿਹੜੇ ਬੁੱਕ ਕਰਾਉਣਾ ਚਾਹੁੰਦੇ, ਪਰ ਅਜੇ ਵੇਟ ਕਰੋ। ਜਦੋਂ ਆਪਾਂ ਇਹਨਾਂ ਟਰੈਕਟਰਾਂ ਦਾ ਵਰਕ ਕਰਤਾ ਫਿਰ ਆਪਾਂ ਖੁਦ ਵੀਡੀਓ ਪਾ ਦੇਣੀ ਉਹ ਕਿਸਾਨ ਭਰਾ ਆਉਣ ਵੈਲਕਮ ਜੀ ਆਇਆਂ ਨੂੰ, ਆਪਾਂ ਉਹਨਾਂ ਕਿਸਾਨ ਭਰਾਵਾਂ ਦਾ ਟਰੈਕਟਰ ਮੋਡੀਫਾਈ ਕਰਾਂਗੇ। ਅਤੇ ਹੁਣ ਤਾਂ ਅਜਮੇਰ ਭਾਈ ਦੇ ਘਰ ਵੀ ਮਤਲਬ ਕਹਿ ਸਕਦੇ ਵੀ ਗੱਡੀ ਲੰਘਣ ਦੀ ਜਗ੍ਹਾ ਵੀ ਇੰਨੀ ਆ, ਗੱਡੀ ਵੀ ਕਦੀ ਕਦੀ ਕਿਰਾਏ 'ਤੇ ਖੜ੍ਹਨੀ ਪੈਂਦੀ, ਇਹਨਾਂ ਨੂੰ ਗੱਡੀ ਨਿਕਲਦੀ ਨਹੀਂ, ਇੰਨਾ ਟਰੈਕਟਰ ਲੱਗਾ ਭਾਈ ਉਹਨਾਂ ਦੇ ਘਰ। ਅਜਮੇਰ ਭਾਈ ਕਿੰਨੇ ਟਰੈਕਟਰ ਲੱਗੇ ਆਪਣੇ ਘਰ? 16 ਟਰੈਕਟਰ ਜਿਹੜੇ ਆ ਉਹ ਅਜਮੇਰ ਭਾਈ ਦੇ ਘਰ ਅੱਗੇ, ਹਿਸਾਬ ਲਾ ਲਓ ਤੁਸੀਂ। ਅਤੇ ਇਸ ਟਾਈਮ ਇੱਥੇ 40-45 ਟਰੈਕਟਰ ਇੱਥੇ, ਅੱਜ ਵੀਡੀਓ 'ਚ ਵੇਖ ਹੀ ਲੈਣਾ ਤੁਸੀਂ, ਵਿਖਾਲਦੇ ਹਾਂ ਤੁਹਾਨੂੰ ਨਾਲੇ ਕਿਹੜੇ ਕਿਹੜੇ ਪਿੰਡ ਦੇ ਆ, ਕਿਹੜੇ ਕਿਹੜੇ ਜ਼ਿਲ੍ਹੇ ਦੇ ਆ। ਠੀਕ ਆ ਜੀ, ਅਤੇ ਬਾਕੀ ਹੱਥ ਜੋੜ ਕੇ ਬੇਨਤੀ ਇੱਕ ਵਾਰੀ ਫਿਰ ਮੈਂ ਕਰਦਾ ਤੁਹਾਡੇ ਅੱਗੇ, ਕੰਨਾਂ ਨੂੰ ਹੱਥ ਲਾ ਕੇ ਸੌਰੀ ਵੀ ਫੀਲ ਕਰਦਾ ਤੁਹਾਡੇ ਕੋਲ, ਕਿਉਂਕਿ ਜਿਹੜੇ ਜਿਹੜੇ ਟਰੈਕਟਰ ਇੱਥੇ ਬੁੱਕ ਕਰਾ ਕੇ ਗਏ ਨਾ ਕਿਸਾਨ ਭਰਾ ਉਹ ਵੀ ਪਰੇਸ਼ਾਨ ਹੋ ਰਹੇ ਆ ਵੀ ਸਾਡੀ ਵਾਰੀ ਨਹੀਂ ਆ ਰਹੀ। ਵਾਰੀ ਨਾ ਆਉਣ ਦਾ ਛੇਤੀ ਕਾਰਨ ਇਹੋ ਹੀ ਆ ਕਿ ਜਿਹੜੇ ਕਿਸਾਨ ਭਰਾ ਫਿਰ ਮਿਲਣ ਆਉਂਦੇ ਫਿਰ ਲਾਗੇ ਬਹਿਣਾ ਵੀ ਪੈਂਦਾ, ਗੱਲਬਾਤ ਸੁਣਨੀ ਵੀ ਪੈਂਦੀ ਅਤੇ ਕਰਨੀ ਵੀ ਪੈਂਦੀ ਆ। ਠੀਕ ਆ, ਇਸ ਕਰਕੇ ਮੈਨੂੰ 2 ਕੁ ਮਹੀਨੇ ਦਾ ਮੌਕਾ ਦਿਓ, ਉਸ ਤੋਂ ਬਾਅਦ 'ਚ ਆਪਾਂ ਕਰਦੇ ਹਾਂ ਟਰੈਕਟਰ ਫਿਰ ਤੁਹਾਡੇ ਮੋਡੀਫਾਈ। ਅਤੇ ਬਹੁਤ ਬਹੁਤ ਧੰਨਵਾਦੀ ਹਾਂ ਤੁਹਾਡੇ, ਤੁਸੀਂ ਆਪਣੀ ਵਰਕਸ਼ਾਪ ਨੂੰ ਇੰਨੀਆਂ ਬੁਲੰਦੀਆਂ ਤੱਕ ਪਹੁੰਚਾਇਆ ਵਾ, ਇੰਨਾ ਮਾਣ ਸਤਿਕਾਰ ਸੋਚਿਆ ਨਹੀਂ ਜ਼ਿੰਦਗੀ 'ਚ ਮਿਲੂਗਾ। ਆਪਾਂ ਇਕੱਲੇ ਜੱਗਾ ਹੀ, ਜਿਹੜਾ ਜੱਗਾ ਬੌਸ ਪਿੱਛੇ ਆ ਰਿਹਾ ਨਾ ਉਹ ਸਿਰਫ ਤੁਸੀਂ ਬਣਾਇਆ, ਤੁਹਾਡੇ ਸਾਥ ਨੇ ਬਣਾਇਆ, ਤੁਹਾਡੇ ਪਿਆਰ ਨੇ ਬਣਾਇਆ। ਠੀਕ ਆ ਜੀ, ਅਤੇ ਇੱਦਾਂ ਹੀ ਪਿਆਰ ਮਾਣ ਸਤਿਕਾਰ ਦਿੰਦੇ ਰਹਿਣਾ ਮੇਰੇ ਕਿਸਾਨ ਭਰਾਵਾਂ ਨੇ। ਔਰ ਜਿਹੜੇ ਕਿਸਾਨੀ ਨਹੀਂ ਵੀ ਕਰਦੇ ਸਾਡੇ ਭਰਾ ਦੀਆਂ ਵੀਡੀਓ ਨੂੰ ਲਾਈਕ ਕਰਦੇ ਆ, ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ। ਔਰ ਜਿਹੜੇ ਭਰਾ ਸਾਨੂੰ ਕਮੈਂਟ ਦੇ ਵਿੱਚ ਬਹੁਤ ਹੌਸਲਾ ਦਿੰਦੇ ਆ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ, ਬਹੁਤ ਬਹੁਤ ਧੰਨਵਾਦ। ਔਰ ਕਈ ਥੋੜ੍ਹੇ ਬਹੁਤ ਇੱਕ ਅੱਧਾ ਕੋਈ ਭਰਾ ਹੁੰਦਾ ਹੀ ਇੱਦਾਂ ਦਾ ਜਿਹੜਾ ਥੋੜ੍ਹਾ ਕਮੈਂਟ ਕਰ ਦਿੰਦਾ ਆਪਣੀ ਮਰਜ਼ੀ ਦੇ ਨਾਲ, ਚਲੋ ਜਿੰਨੀ ਕਿਸੇ ਦੀ ਸੋਚ ਆ ਉੱਦਾਂ ਦਾ ਕਮੈਂਟ ਕਰਨਾ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ। ਕਿਉਂਕਿ ਨੈਗੇਟਿਵ ਅਤੇ ਪੋਜ਼ੀਟਿਵ ਨਾ ਹੋਵੇ ਤਾਂ ਲਾਈਟ ਨਹੀਂ ਜਗਦੀ, ਲਾਈਟ ਵੀ ਦੋਵਾਂ ਕਰੰਟਾਂ ਨਾਲ ਹੀ ਜਗਦੀ, ਇੱਕ ਨੈਗੇਟਿਵ ਨਾਲ ਇੱਕ ਪੋਜ਼ੀਟਿਵ ਨਾਲ। ਠੀਕ ਆ ਜੀ, ਫਿਰ ਲਾਈਟ ਜਗਦੀ ਆ, ਬਲਬ ਫਿਰ ਜਗਦਾ ਵਾ, ਸਾਡੇ ਵੀ ਦਿਮਾਗ ਦੀ ਰੋਸ਼ਨੀ ਫੇਰ ਖਲਦੀ ਆ। ਜੇ ਕੋਈ ਮਾੜਾ ਕਮੈਂਟ ਵੀ ਕਰਦਾ ਤਾਂ ਉਹ ਵੀ ਆਪਾਂ ਇਹ ਸੋਚਦੇ ਹਾਂ ਵੀ ਕਿਉਂ ਕੀਤਾ, ਸਾਨੂੰ ਗੁੱਸਾ ਨਹੀਂ ਆਉਂਦਾ ਉਹ ਇਨਸਾਨ 'ਤੇ। ਜੇ ਕੋਈ ਬੈਡ ਕਮੈਂਟ ਕੋਈ ਕਰਦਾ ਵੀ ਆ ਤਾਂ ਫਿਲਹਾਲ ਕਦੀ ਵੇਖਿਆ ਵੀ ਨਹੀਂ ਆ ਵੀ ਆਉਂਦਾ, ਕੋਈ ਬੈਡ ਕਮੈਂਟ ਆਇਆ ਵੇਖਿਆ ਵੀ ਨਹੀਂ ਆਪਾਂ। ਪਰ ਫਿਰ ਵੀ ਬਾਈ ਦਾ ਵੇ ਜੇ ਕੋਈ ਕਰਦਾ ਵਾ ਤਾਂ ਉਹ ਚੀਜ਼ 'ਤੇ ਆਪਾਂ ਗੌਰ ਕਰਦੇ ਵੀ ਕਿਉਂ ਕੀਤਾ ਵਾ। ਠੀਕ ਆ, ਉਹ ਚੀਜ਼ ਨੂੰ ਆਪਾਂ ਸੁਧਾਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਕਰਦੇ ਵੀ ਰਹਾਂਗੇ। ਅਤੇ ਜਿਹੜੇ ਭਰਾ ਸਾਨੂੰ ਵਧੀਆ ਕਮੈਂਟ ਕਰਦੇ ਆ, ਸਾਡਾ ਹੌਸਲਾ ਵਧਾਉਂਦੇ, ਸਾਡੀ ਪਾਵਰ ਵਧਾਉਂਦੇ ਆ, ਉਹਨਾਂ ਦਾ ਤਾਂ ਮੈਂ ਤਹਿ ਦਿਲੋਂ ਨਾ ਥੈਂਕ ਯੂ ਕਹਿੰਦਾ ਵਾ।
ਬਹੁਤ ਬਹੁਤ ਧੰਨਵਾਦ ਕਰਦਾ। ਕਹਿੰਦੇ ਨੇ ਜਿੱਦਾਂ ਸਿੱਧੂ ਮੂਸੇਵਾਲਾ ਨਹੀਂ ਕਰਦਾ ਹੁੰਦਾ ਹੁੰਦਾ ਜੀ, ਇੱਦਾਂ ਇੱਦਾਂ ਉਹ ਗੱਲ ਆ ਵੀ ਦਿਲ ਦਾ ਨਹੀਂ ਮਾੜਾ ਤੇਰਾ ਸਿੱਧੂ ਮੂਸੇਵਾਲਾ, ਵਾਕਿਆ ਸਹੀ ਗੱਲ ਆ। ਵੇਖ ਸਕਦੇ ਭਰਾ ਦੀ ਤਸਵੀਰ ਲੱਗੀ ਆ, ਕਹਿੰਦੇ ਆ ਵੀ ਜਿਹੜੇ ਖੁਦ ਨਹੀਂ ਵੇਖੇ ਉਹਨਾਂ ਦੀਆਂ ਤਸਵੀਰਾਂ ਵੇਖਦੀਆਂ, ਹੈ ਨਾ। ਇੱਥੇ ਮਹਾਨ ਯੋਧੇ ਸਾਰੇ ਉਹੀ ਲੱਗੇ ਹੋਏ, ਮਗਰ ਜਿਹੜੇ ਖੁਦ ਵਿਖੇ ਨਹੀਂ ਆ ਪਰ ਉਹਨਾਂ ਦੀਆਂ ਜੇ ਤਸਵੀਰਾਂ ਵੇਖਦੀਆਂ ਵਾ ਤਾਂ ਹੀ ਇੱਥੇ ਤਸਵੀਰਾਂ ਲੱਗੀਆਂ ਇਹਨਾਂ ਦੀਆਂ, ਠੀਕ ਆ ਜੀ। ਅਤੇ ਬਹੁਤ ਬਹੁਤ ਥੈਂਕ ਯੂ ਤੁਹਾਡਾ, ਬਹੁਤ ਬਹੁਤ ਧੰਨਵਾਦ। ਅਤੇ ਚੱਲਦਿਆਂ ਵਿਖਾਲਦਿਆਂ ਟਰੈਕਟਰ ਕਿਹੜੇ ਕਿਹੜੇ ਟਰੈਕਟਰ ਲੱਗੇ ਆਈਟਮ ਤੁਹਾਡੇ ਕੋਲ, ਥੈਂਕ ਯੂ। ਲਓ ਜੀ ਇਹ ਟਰੈਕਟਰ 5620 ਮਾਡਲ ਆ, ਪਿੰਡ ਤਖਤੂਪੁਰਾ, ਤਹਿਸੀਲ ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ। ਟਰੈਕਟਰ ਬਿਲਕੁਲ ਰੈਡੀ ਹੈ, ਟਰਾਈ ਲੈ ਲਈ ਟਰੈਕਟਰ ਦੀ, ਵੇਖ ਸਕਦੇ ਹਾਂ ਆਪਾਂ, ਠੀਕ ਆ ਜੀ। ਔਰ ਇੱਧਰ ਵੀ 5620 ਆ, ਇਹ 2021 ਮਾਡਲ ਆ। ਇਹ ਸਾਡਾ ਜਿਹੜਾ ਬੰਟੀ ਵੀਰ ਟਿੱਬਾ ਜਿਹੜਾ ਨਾ, ਬੰਟੀ ਟਿੱਬਾ ਕਬੱਡੀ ਰੇਡਰ ਸੁਪਰ ਸਟਾਰ ਇਸ ਟਾਈਮ, ਉਹ ਪਿੰਡ ਦਾ ਟਰੈਕਟਰ ਵਾ, ਪਿੰਡ ਟਿੱਬੇ ਦਾ, ਜ਼ਿਲ੍ਹਾ ਕਪੂਰਥਲਾ, ਸੁਲਤਾਨਪੁਰ ਲੋਧੀ, 2021 ਮਾਡਲ, ਠੀਕ ਆ ਜੀ। ਅਤੇ ਇਹ ਵੀ ਟਰੈਕਟਰ ਜਿਹੜਾ ਟਿੱਬੇ ਪਿੰਡ ਦਾ ਹੀ ਆ, ਇਹ 2022 ਮਾਡਲ ਆ, ਇਹ ਵੀ ਸੁਲਤਾਨਪੁਰ ਲੋਧੀ ਦਾ ਵਾ, ਜ਼ਿਲ੍ਹਾ ਕਪੂਰਥਲੇ ਦਾ, 2022 ਮਾਡਲ, ਠੀਕ ਆ। ਇਹ ਵੀ 5620 ਆ, ਇਹ ਵੀ 5620 ਔਰ ਇਹ ਹੈਗਾ 5630। ਇਹ ਟਰੈਕਟਰ ਹੈਗਾ ਪਿੰਡ ਰੱਬੋ ਉੱਚੀ, ਤਹਿਸੀਲ ਪਾਇਲ, ਜ਼ਿਲ੍ਹਾ ਜਿਹੜਾ ਵਾ ਲੁਧਿਆਣਾ, 2021 ਮਾਡਲ ਆ, 20 ਜਾਂ 21 ਮਾਡਲ ਟਰੈਕਟਰ ਹੈ, ਠੀਕ ਹੈ। ਵੀ ਮੋਡੀਫਿਕੇਸ਼ਨ ਕਰਾਂਗੇ, ਇਹ ਟਰੈਕਟਰ ਸਾਡਾ ਮੋਡੀਫਿਕੇਸ਼ਨ ਹੋ ਚੁੱਕਾ ਵਾ, ਪਿੰਡ ਅਹਿਮਦਪੁਰ ਦਾ ਵਾ, ਯਾਨੀ ਸਾਡਾ ਆਪਣਾ ਇਲਾਕਾ, ਅਤੇ ਤਹਿਸੀਲ ਖੰਡੂਰ ਸਾਹਿਬ ਆ, ਜ਼ਿਲ੍ਹਾ ਤਰਨ ਤਾਰਨ ਸਾਹਿਬ, 2022 ਮਾਡਲ ਟਰੈਕਟਰ ਆ, ਠੀਕ ਆ ਜੀ। ਔਰ ਇਹ ਟਰੈਕਟਰ ਹੈਗਾ ਆਪਣੇ ਕੋਲ ਆਇਆ ਜਿਹੜਾ 5510, ਅੱਗੇ ਵੀ ਅਸੀਂ ਇਹਨਾਂ ਵੀਰਾਂ ਦਾ 3630 ਸੁਪਰ ਜਿਹੜਾ ਉਹ ਮੋਡੀਫਾਈ ਕਰਕੇ ਭੇਜਿਆ ਸੀ 3602, ਠੀਕ ਆ ਜੀ। ਨਾਲ ਉਹਨੂੰ 3 ਸਪੀਡ ਕੀਤਾ ਹੈ, ਤੋਂ 4 ਸਾਲ ਪਹਿਲਾਂ ਦੀ ਗੱਲ ਆ, 2020 ਤੋਂ ਪਹਿਲਾਂ ਦੀ ਗੱਲ, 19-19 ਦੀ ਗੱਲ ਆ। ਇਹ ਪਿੰਡ ਹੈਗਾ ਅੰਦੋਈ, ਜ਼ਿਲ੍ਹਾ ਵੀ ਪਠਾਨਕੋਟ, ਤਹਿਸੀਲ ਵੀ ਪਠਾਨਕੋਟ, 2022 ਮਾਡਲ, ਇਹ ਵੀ ਮੋਡੀਫਾਈ ਕਰਾਂਗੇ। ਇਹ ਟਰੈਕਟਰ 605DII 57 HP ਕੈਟਾਗਰੀ 'ਚ, ਕੰਗ ਸਾਹਿਬ ਰਾਏ ਦਾ ਵਾ, ਅਤੇ ਤਹਿਸੀਲ ਨਕੋਦਰ, ਜ਼ਿਲ੍ਹਾ ਜਲੰਧਰ, 2021 ਮਾਡਲ। ਸਾਡੇ ਭਿੰਦੇ ਵੀਰ ਨੇ ਬੁੱਕ ਕੀਤਾ ਸੀ ਇਹ ਟਰੈਕਟਰ, ਕੰਗ ਸਾਹਿਬ ਰਾਏ ਵਾਲੇ ਨੇ, ਜਿਹਨਾਂ ਕੁਛ 5630 ਟਰੈਕਟਰ ਆ, ਠੀਕ ਆ ਜੀ। ਅਤੇ ਇਹ ਹੈਗਾ 605CRDI, ਠੀਕ ਆ ਜੀ। ਇਹ ਟਰੈਕਟਰ ਸਾਡਾ ਬਿਲਕੁਲ ਗਵਾਂਢੀ ਪਿੰਡ ਨਹੀਂ ਕਹਿ ਸਕਦੇ, ਸਾਡਾ ਆਪਣਾ ਟਰੈਕਟਰ, ਸਾਡੇ ਭਰਾ ਦਾ ਟਰੈਕਟਰ ਆ, ਪਿੰਡ ਮਠੋਲੇ ਦਾ, ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਬਟਾਲਾ, ਸਾਡੇ ਬੱਬੂ ਵੀਰ ਦਾ ਟਰੈਕਟਰ, ਜਿਹੜਾ ਸਭ ਤੋਂ ਪਹਿਲਾਂ ਅਰਜਨ ਨੋਵੋ 605 ਜਿਹੜਾ ਮੋਡੀਫਾਈ ਕੀਤਾ ਹੈ, ਉਹ ਭਰਾ ਦਾ ਟਰੈਕਟਰ ਕੀਤਾ ਹੈ ਆਪਾਂ, ਠੀਕ ਆ ਜੀ। ਇਹ ਹੁਣ 2023 ਮਾਲ ਟਰੈਕਟਰ ਆ, ਇਹਨੂੰ ਮੋਡੀਫਾਈ ਕਰਾਂਗੇ, ਠੀਕ ਆ ਜੀ, ਵੇਖ ਸਕਦੇ ਹੋ ਤੁਸੀਂ। ਔਰ ਇੱਧਰ ਹੈਗਾ 755, ਇਹ ਟਰੈਕਟਰ ਸਿੰਪਲ ਆ, ਇਹ CRD ਨਹੀਂ ਹੈਗਾ, ਇਹ DI ਆ, ਠੀਕ ਆ ਜੀ। ਇਹ ਹੈਗਾ 2018-19 ਮਾਡਲ ਆ, ਪਿੰਡ ਹੈਗਾ ਰਾਜਗੜ੍ਹ ਦਾ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ, ਇਹ 2018 ਮਾਡਲ ਆ, ਇਹਨੂੰ ਮੋਡੀਫਿਕੇਸ਼ਨ ਦੇਵਾਂਗੇ। ਇੱਧਰਲੀ ਲੈਣ ਸਾਡੇ ਕੋਲ ਸਾਰੇ 4x4 ਹੀ ਟਰੈਕਟਰ ਲੱਗੇ ਹੋਏ, ਜਿੱਦਾਂ ਵੇਖ ਸਕਦੇ ਹੋ ਤੁਸੀਂ, ਠੀਕ ਆ। ਕੈਟਾਗਰੀ ਘੱਟ ਤੋਂ ਘੱਟ ਵੀ ਦੇ 55 ਤੋਂ ਉੱਤੇ ਕੈਟਾਗਰੀ ਵਾਲੇ ਹੀ ਆ, 55 ਤੋਂ 75 HP ਕੈਟਾਗਰੀ ਵਾਲੇ ਟਰੈਕਟਰ ਇੱਧਰ ਲੱਗੇ ਹੋਏ ਆ। ਔਰ ਇੱਧਰ ਲੱਗੇ ਸਾਡੇ ਕੋਲ 36 ਦੀ ਸਪੈਸ਼ਲ ਐਡੀਸ਼ਨ ਆ, ਨਾਲ ਸੁਪਰ ਵਾ, ਇਹ ਟਰੈਕਟਰ ਹੈਗਾ ਪਿੰਡ ਸਮਸਤਪੁਰ ਦਾ, ਜ਼ਿਲ੍ਹਾ ਜਲੰਧਰ, ਠੀਕ ਆ ਜੀ, ਤਹਿਸੀਲ ਵੀ ਜਲੰਧਰ ਆ।
ਇਹ ਵੀਰ ਜੀ ਆਪਣੇ ਅਮੈਰੀਕਾ ਰਹਿੰਦੇ, ਇਹਨਾਂ ਦੇ ਪਹਿਲਾ ਟਰੈਕਟਰ ਬਿਲਕੁਲ ਫਰੈਸ਼ ਨਵਾਂ 7500 ਅਤੇ 2000 ਮਾਡਲ 3630 ਜਿਹਨੂੰ ਨੀਲੇ ਢੇਡਾਲਾ ਬੋਲਦੇ ਆ, ਠੀਕ ਆ, ਕਹਿ ਸਕਦੇ ਹਾਂ ਵੀ ਹੋਲੈਂਡ ਦਾ ਟਰੈਕਟਰ ਜਿਹੜਾ ਨਾਵਲਟੀ ਹੋਲੈਂਡ ਫੋਰਡ, ਉਹਨੂੰ ਮੋਡੀਫਿਕੇਸ਼ਨ ਕੀਤੀ ਆਪਣੇ ਭਰਾ ਅਮੈਰੀਕਾ ਸਾਡਾ ਭਰਾ, ਅਤੇ ਸਮਸਤਪੁਰ ਦਾ ਟਰੈਕਟਰ ਹੈ ਜ਼ਿਲ੍ਹੇ ਜਲੰਧਰ ਦਾ, ਠੀਕ ਆ ਜੀ। ਔਰ ਇਹ ਤੋਂ ਗਾੜੀ ਚੱਲਦੇ ਆਪਾਂ, ਇਹ ਹੈਗਾ ਪਿੰਡ ਧੀਰੇਕੋਟ ਅੰਮ੍ਰਿਤਸਰ ਸਾਹਿਬ 2019 ਮਾਡਲ, ਠੀਕ ਆ ਜੀ। ਇਹ ਸਾਡੇ ਅੰਮ੍ਰਿਤਵੀਰ ਨੇ ਟਰੈਕਟਰ ਬੁੱਕ ਕੀਤੇ ਪਹਿਲਾਂ ਦੇ, ਉਦੋਂ ਕਰਾ ਕੇ ਗਏ ਸੀ। ਇਹ ਵੀ ਟਰੈਕਟਰ ਮੋਡੀਫਾਈ ਹੋ ਚੁੱਕਾ ਵਾ, ਉਹ ਵੀ ਹੋ ਚੁੱਕਾ ਵਾ। ਔਰ ਇੱਧਰ ਸਾਡੇ ਕੋਲ ਹੈਗਾ ਟਰੈਕਟਰ ਨਾਲ ਹੀ ਉਹਨਾਂ ਦਾ ਜੰਡਿਆਲਾ ਗੁਰੂ ਅੰਮ੍ਰਿਤਸਰ ਸਾਹਿਬ 2018 ਮਾਡਲ ਆ, ਇਹ ਵੀ ਟਰੈਕਟਰ ਜਿਹੜਾ ਨਾ ਮੋਡੀਫਾਈ ਹੋ ਚੁੱਕਾ ਵਾ, ਠੀਕ ਆ ਜੀ। ਔਰ ਇੱਧਰ ਹੈਗਾ ਵਾ ਖੇਮਕਰਨ ਪੱਟੀ ਤਰਨ ਤਾਰਨ ਸਾਹਿਬ 2016 ਮਾਡਲ ਟਰੈਕਟਰ ਆ, ਇਹ ਮੋਡੀਫਾਈ ਹੋਣਗੇ, ਅਜੇ ਕੀਤੇ ਨਹੀਂ ਹੈਗੇ, ਠੀਕ ਆ ਜੀ। ਅਤੇ ਇਹ ਵੀ ਖੇਮਕਰਨ ਪੱਟੀ ਤਰਨ ਤਾਰਨ ਸਾਹਿਬ 2020 ਮਾਡਲ ਸਪੈਸ਼ਲ ਐਡੀਸ਼ਨ, ਉਹ ਵੀ ਸਪੈਸ਼ਲ ਐਡੀਸ਼ਨ, ਇਹ ਵੀ ਸਪੈਸ਼ਲ ਐਡੀਸ਼ਨ ਆ। ਔਰ ਇਹ ਟਰੈਕਟਰ ਹੈਗਾ ਵਾ ਸੂਰੇਵਾਲਾ ਪਿੰਡ ਸੂਰੇਵਾਲਾ ਤਹਿਸੀਲ ਗਿੱਦੜਬਾਹਾ ਜ਼ਿਲ੍ਹਾ ਮੁਕਤਸਰ ਸਾਹਿਬ, ਠੀਕ ਆ ਜੀ, 2016 ਮਾਡਲ ਟਰੈਕਟਰ ਆ। ਇਹ ਹੈਗਾ ਪੱਕੇ ਚਿਸ਼ਤੀ ਦਾ ਫਾਜ਼ਿਲਕਾ 2018 ਮਾਡਲ ਟਰੈਕਟਰ, ਇਹ ਵੀ ਸਪੈਸ਼ਲ ਐਡੀਸ਼ਨ, ਠੀਕ ਆ ਜੀ। ਔਰ ਇਹ ਹੈਗਾ ਟਰੈਕਟਰ ਸਾਡੇ ਬਿਲਕੁਲ ਇਲਾਕੇ ਦਾ ਕਹਿ ਸਕਦੇ ਹਾਂ, ਆਪਣੇ ਜ਼ਿਲ੍ਹੇ ਦਾ ਟਰੈਕਟਰ, ਅਗਵਾਨ ਪਿੰਡ ਆ, ਡੇਰਾ ਬਾਬਾ ਨਾਨਕ ਤਹਿਸੀਲ ਆ ਅਤੇ ਜ਼ਿਲ੍ਹਾ ਗੁਰਦਾਸਪੁਰ, 2013 ਮਾਡਲ ਟਰੈਕਟਰ ਹੈ, ਠੀਕ ਆ ਜੀ। ਔਰ ਉੱਧਰ ਲੱਗਾ ਟਰੈਕਟਰ ਕੋਟਸ਼ਮੀਰ ਦਾ ਜ਼ਿਲ੍ਹਾ ਬਠਿੰਡਾ, ਟਰੈਕਟਰ ਰੈਡੀ ਸਾਡਾ, ਸੋਨਾਲੀਕਾ 60 AC ਕੈਮਨ ਆ, ਵੇਖ ਸਕਦੇ ਹਾਂ ਆਪਾਂ, ਹੈ ਨਾ। ਅਤੇ ਅਜਮੇਰ ਭਾਅ ਜੀ, ਇਹ ਟਰੈਕਟਰ ਆਪਣੇ ਕੋਲ ਲੱਗਣਗੇ, ਹੈ ਨਾ, ਕਿਹੜੇ ਲਾਉਣੇ ਭਰਾ ਨੇ? ਇਹ ਪਿੰਡ ਹੈਗਾ ਇਸੜੂ, ਠੀਕ ਆ ਜੀ, ਤਹਿਸੀਲ ਖੰਨਾ, ਜ਼ਿਲ੍ਹਾ ਲੁਧਿਆਣਾ, 2022 ਮਾਡਲ। ਇਹ ਵੀ ਜੱਗਾ ਜਿਹੜਾ ਮਾਹਲ ਆ ਚੈਨਲ ਯੂਟਿਊਬ ਤੁਸੀਂ ਵੇਖਦੇ ਜੇ, ਉਸ ਚੈਨਲ ਦੇ ਉੱਤੇ ਤੁਸੀਂ ਇਹ ਟਰੈਕਟਰ ਦੀਆਂ ਵੀਡੀਓ ਵੇਖੋਗੇ, ਠੀਕ ਆ ਜੀ। ਔਰ ਇਹ ਟਰੈਕਟਰ ਹੈਗਾ ਕਲਾਰੀਆਂ ਅਜਨਾਲਾ ਤਹਿਸੀਲ ਆ ਅਤੇ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ, ਇਹ 2023 ਮਾਡਲ ਟਰੈਕਟਰ ਆ, ਠੀਕ ਆ ਜੀ। ਕਲਾਰੀਆਂ ਦਾ ਅੱਗੇ ਵੀ 36 ਦੀ ਸਪੈਸ਼ਲ ਐਡੀਸ਼ਨ ਕਰਕੇ ਕਲਾਇਆ ਵੀਰ ਦਾ, ਠੀਕ ਆ ਜੀ। ਅਤੇ ਇਹ ਹੈਗਾ ਵਾ ਮੰਝ ਲੋਪੋ ਕੇ ਅੰਮ੍ਰਿਤਸਰ ਸਾਹਿਬ 2023 ਮਾਡਲ ਅਰਜਨ ਨੋਵੋ, ਉਸ ਟਰੈਕਟਰ DII ਆ। ਇਹ ਟਰੈਕਟਰ ਘੱਟ ਉਸ ਪਾਵਰ ਦਾ ਕਹਿ ਸਕਦੇ ਵੀ ਹਾਂ MS ਆ, ਠੀਕ ਆ ਜੀ। ਅਤੇ ਇਹ ਟਰੈਕਟਰ ਜਿਹੜਾ ਵਾ ਅੱਗੇ ਵੀ 5630 ਜਿਹਦੇ ਗੜੀ ਗਰਾਇਆਂ ਲਿਖਿਆ ਸੀ, 5630 ਬਿਲਕੁਲ ਨਵਾਂ, 30-35 ਘੰਟੇ ਚੱਲਿਆ ਟਰੈਕਟਰ, ਮੋਡੀਫਾਈ ਕਰਕੇ ਭੇਜਿਆ ਸੀ ਉਹ ਭਰਾ ਦੇ। ਇਹ ਟਰੈਕਟਰ ਸਾਡੇ ਮੰਝ ਸਾਹਿਬ ਦਾ, ਗਰਾਇਆਂ ਸਾਹਿਬ ਕਹਿੰਦੇ ਆਪਾਂ ਨੂੰ, ਠੀਕ ਆ ਜੀ, 2023 ਮਾਡਲ ਆ। ਔਰ ਇਹ ਕੰਕ ਸਾਹਿਬ ਰਾਏ ਦਾ ਟਰੈਕਟਰ ਵੀ ਸਾਡੇ ਭਿੰਦੇ ਵੀਰ ਦੇ ਪਿੰਡ ਦਾ ਹੀ ਆ, ਠੀਕ ਆ ਜੀ, 2017 ਮਾਡਲ ਹੈ, ਮੈਟ ਅਰਜਨ 605। ਅਤੇ ਇਹ ਹੈਗਾ 2023 ਮਾਡਲ, ਠੀਕ ਆ ਜੀ। ਲਾਗੇ ਕਰੋ ਮਾੜਾ ਜਿਹਾ, ਕਿਹੜਾ ਪਿੰਡ ਹੈ? ਪਰਚੀਆਂ ਪਰਜੀਆਂ ਬਾਗੀਆਂ, ਜ਼ਿਲ੍ਹਾ ਲੁਧਿਆਣਾ, 2023 ਮਾਡਲ 605, ਇਹ ਮੋਡੀਫਾਈ ਹੋਊਗਾ ਜੇ। ਇਹ ਸਾਡਾ ਟਰੈਕਟਰ ਜਿਹੜਾ ਰੈਡੀ ਹੋ ਚੁੱਕਾ ਵਾ, ਵੈਰੋ ਕੇ ਪਿੰਡ ਆ, ਜ਼ਿਲ੍ਹਾ ਮੋਗਾ, ਤਹਿਸੀਲ ਮੋਗਾ, 2023 ਮਾਡਲ ਆ, ਜੁਵੋ 575, ਠੀਕ ਆ ਜੀ। ਔਰ ਇਹ ਟਰੈਕਟਰ 2013 ਮਾਡਲ ਸਾਡਾ ਰੈਡੀ ਆ ਬਿਲਕੁਲ, ਚੀਤਾਂ ਕਲਾਂ ਅੰਮ੍ਰਿਤਸਰ ਸਾਹਿਬ ਦਾ, 2013 ਮਾਡਲ। ਅਤੇ ਇਹ ਅਰਜਨ 655, ਇਹ 2-wheel ਟਰੈਕਟਰ ਆ। ਇਹ ਹੈਗਾ ਪਿੰਡ ਖੇਮਕਰਨ, ਜ਼ਿਲ੍ਹਾ ਪੱਟੀ, ਸੋਰੀ ਤਹਿਸੀਲ ਪੱਟੀ ਆ, ਅਤੇ ਇੱਧਰ ਲਾਗੇ ਕਰਿਓ, ਅਤੇ ਜ਼ਿਲ੍ਹਾ ਤਰਨ ਤਾਰਨ ਸਾਹਿਬ, 2019 ਮਾਡਲ ਟਰੈਕਟਰ, ਠੀਕ ਆ ਜੀ। ਬਾਕੀ ਜਿਹੜੇ ਅੰਦਰ ਲੱਗੇ ਤੁਹਾਨੂੰ ਵੀ ਵਿਖਾਲਦੇ ਹਾਂ ਟਰੈਕਟਰ,
ਕਿਉਂਕਿ ਟਰੈਕਟਰ ਸਾਡੇ ਕੋਲ ਕਾਫੀ ਲੱਗੇ ਆ, ਇਸ ਕਰਕੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕੋਈ ਵੀ ਕਿਸਾਨ ਭਰਾ ਇਸ ਟਾਈਮ ਨਾ ਤਾਂ ਸਾਡੇ ਕੋਲ ਕੋਈ ਬੁੱਕ ਹੀ ਕਰਾਉਣ ਆਵੇ ਟਰੈਕਟਰ, ਅਤੇ ਨਾ ਮੋਡੀਫਿਕੇਸ਼ਨ ਵਾਸਤੇ ਟਰੈਕਟਰ ਹਜੇ ਲੈ ਕੇ ਆਵੇ, ਠੀਕ ਆ ਜੀ। ਉੱਧਰਲੀ ਸਾਈਡ ਤੁਹਾਨੂੰ ਟਰੈਕਟਰ ਵਿਖਾਤੇ ਆ, ਔਰ ਇੱਧਰ ਟਰੈਕਟਰ ਵਿਖਾਵਾਂਗੇ ਤੁਹਾਨੂੰ ਹੁਣ ਆਪਾਂ ਅੰਦਰ ਜਿਹੜੇ ਆ ਕਿਹੜੇ ਕਿਹੜੇ ਸਾਡੇ ਕੋਲ। ਅੰਦਰ ਸਾਡੇ ਕੋਲ ਲੱਗੇ ਸਾਰੇ ਯੂੰਡੀਅਰ, ਠੀਕ ਆ ਜੀ। ਉਹ ਪਿੰਡ ਹੈਗਾ ਭੁੱਲਰ ਦਾ, ਭੁੱਲਰ ਬੇਟ ਢਿਲਵਾਂ ਕਪੂਰਥਲਾ, 50-75 ਟਰੈਕਟਰ ਹੈ ਅਤੇ 2000 ਅਤੇ 17-18 ਜਾਂ 19 ਮਾਡਲ ਹੋ ਸਕਦਾ, ਠੀਕ ਆ ਜੀ। ਔਰ ਇੱਧਰ ਟਰੈਕਟਰ ਹੈਗਾ ਆਪਣੇ ਕੋਲ, ਇਹ ਯੱਗੇ ਵੀਰ ਦਾ ਟਰੈਕਟਰ, ਸਾਡੇ ਪਿੰਡ ਮਾਹਲਾਂ ਦਾ, ਜਿਨ੍ਹਾਂ ਦਾ ਯੂਟਿਊਬ ਚੈਨਲ ਵੀ ਆ ਅਮਨ ਮਾਹਲ ਚੈਨਲ, ਸ਼ੀੜੀ ਲਵਾਉਣ ਵਾਸਤੇ ਟਰੈਕਟਰ ਆਇਆ ਬਸ ਸਪੈਸ਼ਲ। ਇਹਦੀ ਵੀਡੀਓ ਜਿਹੜੀ ਆ ਉਹ ਪੈ ਚੁੱਕੀ, ਪਹਿਲਾਂ ਵੀ ਫਿਰ ਇਸ ਟਰੈਕਟਰ ਦੇ ਨਾਲ ਪਾਈ ਸੀ, ਵੇਖ ਸਕਦੇ ਇਕੱਲੀ ਸੀਡੀ ਲਵਾਉਣਾ ਆ ਔਰ ਕੋਈ ਚੀਜ਼ ਚੇਂਜ ਨਹੀਂ ਕੀਤੀ ਆਪਾਂ ਇਹਦੀ। ਕਈਆਂ ਨੂੰ ਲੱਗਣਾ ਕਿ ਦੁਬਾਰਾ ਸਾਨੂੰ ਮੋਡੀਫਿਕੇਸ਼ਨ ਦੀ ਲੋੜ ਪਈ, ਬਿਲਕੁਲ ਨਹੀਂ। ਔਰ ਇਹ ਜਿਹੜਾ ਟਰੈਕਟਰ ਵਾ, ਆਹ ਟਰੈਕਟਰ ਕਿਹੜੇ ਪਿੰਡ ਦਾ, 2000 ਅਤੇ ਇਹ 22 ਮਾਈਲ ਟਰੈਕਟਰ 5405। ਚਲੋ ਦੱਸਦੇ ਕਿਹੜੇ ਪਿੰਡੋਂ ਆ, ਇਸ ਤੋਂ ਪਹਿਲਾਂ ਦੱਸਦੇ ਮਾਲੋਵਾਲ, ਬਾਬਾ ਬਕਾਲਾ ਸਾਹਿਬ ਅਤੇ ਅੰਮ੍ਰਿਤਸਰ ਸਾਹਿਬ, ਠੀਕ ਹੈ ਜ਼ਿਲ੍ਹਾ। 2010-52-04 ਇਹ ਵੀਰ ਦਾ ਪਹਿਲਾਂ ਵੀ 36-30 ਫੋਰ ਵੀਲ ਡਰਾਈਵ ਜਿਹੜਾ ਮੋਡੀਫਾਈ ਕੀਤਾ ਆਪਾਂ। ਅਤੇ ਇਹ ਟਰੈਕਟਰ ਹੈਗਾ ਬਿਲਗੇ ਦਾ, ਤਹਿਸੀਲ ਫਲੌਰ, ਜ਼ਿਲ੍ਹਾ ਜਲੰਧਰ, 53-10। ਔਰ ਪਰਲੇ ਪਾਸੇ ਵੇਨੇ ਕਿਹੜੇ ਪਿੰਡ ਦਾ ਟਰੈਕਟਰ, ਇੰਨੇ ਟਰੈਕਟਰ ਆਪਣੇ ਕੋਲ ਹੈ, 54-0 ਪਿੰਡ ਹੈਗਾ ਵਾ। ਚੈੜੀਆਂ ਪਿੰਡ ਦਾ ਵਾ, ਠੀਕ ਹੈ ਜੀ। ਚੈੜੀਆਂ ਪਿੰਡ ਚੈੜੀਆਂ ਜ਼ਿਲ੍ਹਾ ਰੋਪੜ, 2020 ਮਾਲ ਟਰੈਕਟਰ ਆ, 54-05, ਠੀਕ ਹੈ ਜੀ। ਅਤੇ ਇਹ ਟਰੈਕਟਰ ਹੈਗਾ ਵਾ ਪਿੰਡ ਕਲਾਰੂ ਦਾ, ਪਿੰਡ ਕਲਾਰੂ, ਤਹਿਸੀਲ ਜਿਹੜੀ ਸੁਲਤਾਨਪੁਰ ਲੋਧੀ ਅਤੇ ਜ਼ਿਲ੍ਹਾ ਕਪੂਰਥਲਾ ਸਾਹਿਬ, ਠੀਕ ਹੈ ਜੀ। ਇਹ ਅੰਦਰ ਜੌਂਡੀਅਰ ਲੱਗੇ ਆ, ਇਹ 52-10 ਟਰੈਕਟਰ ਆ, ਇਹ ਵੀ ਵੇਨੇ ਕਿਹੜੇ ਪਿੰਡ ਦਾ, ਹਾਂਜੀ ਇਹ ਹੈਗਾ ਪਿੰਡ 52-10 ਵਾ, ਭੋਏ ਵਾਲੀ, ਪਿੰਡ ਭੋਏ ਵਾਲੀ, ਅਜਨਾਲਾ, ਤਹਿਸੀਲ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ, 2021 ਮਾਡਲ, ਠੀਕ ਆ ਜੀ। ਅਤੇ ਇਹ ਟਰੈਕਟਰ ਹੈਗਾ ਲਾਲਪੁਰ ਦਾ, ਪਿੰਡ ਲਾਲਪੁਰ, ਅਨੰਦਪੁਰ ਸਾਹਿਬ ਦੇ, ਜ਼ਿਲ੍ਹਾ ਅਨੰਦਪੁਰ ਸਾਹਿਬ ਆ, ਉੱਥੇ ਦਾ ਟਰੈਕਟਰ 53-10। ਇਹ ਸਾਰੇ ਟਰੈਕਟਰ ਜਿਹੜੇ ਮੋਡੀਫਿਕੇਸ਼ਨ ਹੋ ਰਹੇ ਆ, ਕੰਮ ਵੇਖ ਸਕਦੇ ਕਿੰਨਾ ਯੂਰਾਂ 'ਤੇ, ਬਿਲਕੁਲ ਜ਼ਿਆਦਾ ਯੂਰ 'ਤੇ ਆ, ਥੋੜ੍ਹੇ ਯੂਰ 'ਤੇ ਨਹੀਂ ਹੈਗਾ, ਇਸ ਕਰਕੇ ਕੋਈ ਵੀ ਕਿਸਾਨ ਭਰਾ ਟਰੈਕਟਰ ਨਾ ਲੈ ਗਿਆ। ਔਰ ਇਹ ਟਰੈਕਟਰ ਹੈਗਾ ਸਾਡੇ ਕੋਲ ਟੋਡਰਪੁਰ ਦਾ, ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ, 2018 ਮਾਲ ਟਰੈਕਟਰ, ਠੀਕ ਆ ਜੀ। ਔਰ ਇੱਧਰ ਟਰੈਕਟਰ ਹੈਗਾ ਸਾਡੇ ਕੋਲ, ਇਹ ਵੀ ਟੋਡਰਪੁਰ ਦਾ ਹੀ ਆ, ਦੋਵੇਂ ਟਰੈਕਟਰ ਇੱਕੇ ਪਰਿਵਾਰ ਦੇ ਆ, ਠੀਕ ਆ ਜੀ, ਇੱਕੋ ਜ਼ਿਲ੍ਹੇ ਦੇ ਆ। ਇਹ 21 ਮਾਡਲ ਆ, ਇਹ 18 ਮਾਡਲ ਆ, ਔਰ ਇਹ ਵੀ ਕੰਗ ਸਾਹਿਬ ਰਾਏ ਦਾ ਵਾ, ਵੀਰ ਜੀ ਦਾ ਕਨੇਡਾ ਵਾ, ਟਰੈਕਟਰ ਛੱਡ ਗਏ ਅਤੇ ਹੁਣ ਕਨੇਡਾ ਜਾ ਮਤਲਬ ਚਲ ਗਏ ਆ, ਗਿਫਟ ਵੀ ਲੈ ਗਏ ਸਾਡੇ ਵਾਸਤੇ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਥੈਂਕ ਯੂ ਉਹਨਾਂ ਦਾ। ਉਹਨਾਂ ਦਾ ਪਹਿਲਾਂ 56-30 ਬਿਲਕੁਲ ਨਵਾਂ, ਅਤੇ 36-30 ਜਿਹੜਾ ਫੋਰ ਵੀਲ ਡਰਾਈਵ, ਪਹਿਲਾ ਟਰੈਕਟਰ 2023 ਮਾਲ ਟਰੈਕਟਰ ਸੀ ਨਾ, 17-11 'ਚ ਆਪਾਂ ਉਹ ਟਰੈਕਟਰ ਕੀਤਾ, ਜਿਹੜਾ 50 HP 'ਚ ਨਵਾਂ ਸਪੈਸ਼ਲ ਐਡੀਸ਼ਨ ਆਇਆ ਸੀ, ਠੀਕ ਆ ਜੀ, ਉਹ ਟਰੈਕਟਰ ਆਪਾਂ ਮੋਡੀਫਾਈ ਕੀਤਾ ਸੀ। ਅਤੇ ਇਸ ਕਰਕੇ ਆ ਟਰੈਕਟਰ ਅੱਜ ਬਾਹਰ ਤਾਂ ਕੱਢਿਆ ਤੁਹਾਨੂੰ ਵਿਖਾਲਣ ਵਾਸਤੇ ਵੀ ਕੰਮ ਬਹੁਤ ਜ਼ਿਆਦਾ ਵਾ, ਕਿਉਂ ਹੇਰ ਸਾਹਿਬ ਇਹ ਦੱਸੋ ਪਹਿਲਾਂ ਤੁਸੀਂ, ਇਹ ਤੁਹਾਡਾ ਭਰਾ ਸਾਡਾ ਜਾਣਦੇ ਤੁਸੀਂ ਸਾਰੇ,
ਬੜੀ ਚੰਗੀ ਤਰ੍ਹਾਂ ਚਿਹਰਾ। ਹੁਣ ਆਪਾਂ ਹੱਥ ਜੋੜ ਕੇ ਬੇਨਤੀ ਕਰਨੀ ਵੀ ਕੋਈ ਵੀ ਭਰਾ ਜੇ ਇਸ ਸੀਜ਼ਨ 'ਚ ਟਰੈਕਟਰ ਨਾ ਲਿਆਵੇ। ਇਹ ਵੀਡੀਓ ਪਾਉਣ ਦਾ ਮਕਸਦ ਕਈ ਕਹਿੰਦੇ ਯਾਰ ਵੈਸੇ ਹੀ ਅਫਵਾਹ ਫੈਲਾਈ ਜਾਂਦਾ ਵਾ ਵੀ ਕੰਮ ਬਹੁਤ ਜ਼ਿਆਦਾ ਮੇਰੇ ਕੋਲ ਨਾ ਆਓ, ਕਿਉਂ ਜਮੇਰ ਬਾਈ ਤੁਸੀਂ ਕਿਹਾ ਸੀ ਨਾ ਕਈਆਂ ਦੇ ਫੋਨ ਆਉਂਦੇ ਤੁਹਾਨੂੰ ਵੀ ਕਹਿੰਦੇ ਯਾਰ ਉੱਦਾਂ ਹੀ ਤੁਸੀਂ ਪਾਈ ਜਾਂਦੇ ਟਰੈਕਟਰ ਤਾਂ ਤੁਹਾਡੇ ਕੋਲ 15-20 ਲੱਗੇ ਆ ਅਤੇ ਤੁਸੀਂ ਕਹੀ ਜਾਂਦੇ ਵੀ ਸਾਡੇ ਕੋਲ ਟਰੈਕਟਰ ਲੈ ਕੇ ਨਾ ਆਓ, ਅਤੇ ਅੱਜ ਆਪਾਂ ਟਰੈਕਟਰ ਤੁਹਾਨੂੰ ਸਾਰੇ ਵਿਖਾਤੇ। ਹਜੇ ਕਿੰਨੇ ਟਰੈਕਟਰ ਜਿਹੜੇ ਆਪਾਂ ਕੱਢ ਕੇ ਲਿਆ ਨਹੀਂ ਸਕੇ, ਜਿਹੜੇ ਸਟਾਰਟ ਨਹੀਂ ਹੋਏ, ਉਹਦੇ ਵਿੱਚ ਅਜੇ 1, 2, 3, 4, 5 ਕੰਬੋਟਾ ਟਰੈਕਟਰ ਵੀ ਆਏ ਆ, ਥੋੜ੍ਹੇ ਸਵਰਾਜ ਵੀ ਹੈਗੇ, ਵੀਡੀਓ 'ਚ ਵਿਖਾ ਲਾਂਗੇ ਤੁਹਾਨੂੰ, ਅਤੇ ਉਹ ਟਰੈਕਟਰ ਥੋੜ੍ਹੇ ਆਪਾਂ ਕੱਢ ਕੇ ਨਹੀਂ ਲਿਆ ਸਕੇ, ਠੀਕ ਆ ਜੀ। ਅਤੇ ਇਹ ਕਰਕੇ ਹੱਥ ਜੋੜ ਕੇ ਬੇਨਤੀ ਆ, ਕਰਦੇ ਹਾਂ ਗੱਲ ਸਾਰੀ ਤੁਹਾਡੇ ਨਾਲ, ਅਤੇ ਟਰੈਕਟਰ ਜਿਹੜੇ ਹੁਣ ਆਪਾਂ ਲਾਈਏ ਘਰੋ ਘਰੀ, ਅਤੇ ਫਿਰ ਮਿਲਦੇ ਹਾਂ ਨਵੀਆਂ ਵੀਡੀਓ ਦੇ ਵਿੱਚ, ਠੀਕ ਆ ਜੀ। ਥੈਂਕ ਯੂ।